ਤੁਸੀਂ ਇਹ ਗੱਲ ਕਿਸੇ ਨਾ ਕਿਸੇ ਦੇ ਕੋਲੋਂ ਜ਼ਰੂਰ ਸੁਣੀ ਹੋਵੇਗੀ ਭਈ ਜੇ ਕਾਲੀ ਬਿੱਲੀ ਰਸਤਾ ਕੱਟ ਜਾਵੇ ਤੇ ਬੰਦਾ ਕਿਸੇ ਔਕੜ ਦੇ ਵਿੱਚ ਕਿਸੇ ਮੁਸ਼ਕਲ ਦੇ ਵਿੱਚ ਪੈ ਸਕਦਾ ਹੈ ਯਾਨੀ ਜੇ ਤੁਸੀਂ ਆਪਣੇ ਕੰਮਕਾਰ ਵਾਸਤੇ ਜਾ ਰਹੇ ਹੋ ਆਪਣੀ ਗੱਡੀ ਤੇ ਹੋ ਮੋਟਰਸਾਈਕਲ ਤੇ ਹੋ ਸਾਈਕਲ ਤੇ ਹੋ ਤੇ ਭਾਵੇਂ ਪੈਦਲ ਹੋ ਕਾਲੀ ਬਿੱਲੀ ਦੇ ਰਸਤਾ ਕੱਟਣ ਦੇ ਨਾਲ ਤੁਹਾਨੂੰ ਪ੍ਰੋਬਲਮਸ ਆ ਸਕਦੀਆਂ ਨੇ ਇਹ ਤੇ ਇੱਕ ਆਮ ਜਿਹੀ ਗੱਲ ਹੈ ਜਿਹੜੀ ਅਸੀਂ ਨਿੱਕੇ ਹੁੰਦਿਆਂ ਤੋਂ ਸੁਣਦੇ ਆ ਰਹੇ ਹਾਂ ਪਰ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਭਈ ਰੱਬ ਨੇ ਬਿੱਲੀ ਨੂੰ ਕਿਉਂ ਤੇ ਕਿਸ ਤਰੀਕੇ ਦੇ ਨਾਲ ਬਣਾਇਆ ਇਹਦੇ ਬਾਰੇ ਕਿਹੜੀਆਂ ਰੀਤਾਂ ਤੇ ਰਵਾਇਤਾਂ ਨੇ ਪਰ ਉਸ ਤੋਂ ਪਹਿਲਾਂ ਅਸੀਂ ਤੁਹਾਡੇ ਨਾਲ ਕੁਝ ਅਜਿਹੀ ਇਨਫੋਰਮੇਸ਼ਨ ਸ਼ੇਅਰ ਕਰਾਂਗੇ ਜਿਹੜੀ ਕਿ ਪਿਓਰਲੀ ਬਿੱਲੀਆਂ ਦੇ ਬਾਰੇ ਦੇ ਵਿੱਚ ਹੈ ਹੁਣ ਬਹੁਤ ਸਾਰੇ ਕਲਚਰਸ ਦੇ ਵਿੱਚ ਬਹੁਤ ਸਾਰੇ ਮੁਲਕਾਂ ਦੇ ਵਿੱਚ ਬਿੱਲੀ ਨੂੰ ਨਹੂਸਤ ਦੀ ਅਲਾਮਤ ਸਮਝਿਆ ਜਾਂਦਾ ਹੈ ਪਰ ਬਹੁਤ ਸਾਰੇ ਅਜਿਹੇ ਮੁਲਕ ਐਸੇ ਵੀ ਨੇ ਜਿੱਥੇ ਬਿੱਲੀਆਂ ਨੂੰ ਘਰਾਂ ਦੇ ਵਿੱਚ ਪਾਲਿਆ ਜਾਂਦਾ ਹੈ ਅਸੀਂ ਜੇ ਸਿਰਫ ਏਸ਼ੀਆ ਦੀ ਗੱਲ ਕਰੀਏ ਤੇ ਹਰ ਸਾਲ ਏਸ਼ੀਆ ਦੇ ਵਿੱਚ 4 ਲੱਖ ਤੋਂ ਬਹੁਤੀਆਂ ਬਿੱਲੀਆਂ ਨੂੰ ਖਾਧਾ ਵੀ ਜਾਂਦਾ ਹੈ ਯਾਨੀ ਲੋਕੀ ਬਿੱਲੀਆਂ ਨੂੰ ਖਾ ਵੀ ਜਾਂਦੇ ਨੇ ਤੇ ਜੇ ਅਸੀਂ ਗੱਲ ਕਰੀਏ ਦੁਨੀਆਂ ਦੇ ਵਿੱਚ ਪਾਲਤੂ ਬਿੱਲੀਆਂ ਦੀ ਤੇ ਉਹਨਾਂ ਦੀ ਤਾਦਾਦ ਜਿਹੜੀ ਹੈਗੀ ਹੈ ਉਹ 50 ਕਰੋੜ ਤੋਂ ਵੱਧ ਹੈ ਇਹਦੀਆਂ 40 ਤੋਂ ਬਹੁਤੀਆਂ ਨਸਲਾਂ ਨੇ ਤੇ ਇਹਦੇ ਵਿੱਚ ਅਜਿਹੀਆਂ ਕੁਆਲਿਟੀਜ਼ ਨੇ ਜਿਹੜੀਆਂ ਕਿ ਇਨਸਾਨ ਤੋਂ ਕਈ ਗੁਣਾ ਵੱਧ ਨੇ ਜਿਵੇਂ ਕਿ ਬਿੱਲੀਆਂ ਜਿਹੜੀਆਂ ਨੇ ਇਨਸਾਨਾਂ ਦੇ ਮੁਕਾਬਲੇ ਦੇ ਵਿੱਚ ਕਈ ਤਰ੍ਹਾਂ ਦੀਆਂ ਹੋਰ ਆਵਾਜ਼ਾਂ ਵੀ ਸੁਣ ਸਕਦੀਆਂ ਨੇ ਜਿਹੜੀਆਂ ਕਿ ਅਸੀਂ ਨਹੀਂ ਸੁਣ ਸਕਦੇ ਯਾਨੀ ਅਜਿਹੀਆਂ ਆਵਾਜ਼ਾਂ ਜਿਹੜੀਆਂ ਅਸੀਂ ਕਮਰੇ ਦੇ ਵਿੱਚ ਬਹਿ ਕੇ ਨਹੀਂ ਸੁਣ ਸਕਦੇ ਬਿੱਲੀ ਬਰੀਕ ਤੋਂ ਬਰੀਕ ਤੇ ਨਿੱਕੀ ਤੋਂ ਨਿੱਕੀ ਆਵਾਜ਼ ਵੀ ਸੁਣ ਸਕਦੀ ਹੈ ਇਸੇ ਕਾਰਨ ਜਿਹੜੀਆਂ ਕੁਦਰਤੀ ਆਫਾਤ ਹੁੰਦੀਆਂ ਨੇ ਨੈਚੁਰਲ ਡਿਸਾਸਟਰਸ ਹੁੰਦੇ ਨੇ ਉਹਨਾਂ ਦੇ ਬਾਰੇ ਬਿੱਲੀਆਂ ਨੂੰ ਛੇਤੀ ਪਤਾ ਲੱਗ ਜਾਂਦਾ ਹੈ ਕੁਝ ਅਜਿਹੇ ਕਲਚਰ ਨੇ ਜਿੱਥੇ ਬਿੱਲੀਆਂ ਨੂੰ ਖਾਧਾ ਜਾਂਦਾ ਹੈ ਪਰ ਇਸਲਾਮ ਦੇ ਵਿੱਚ ਬਿੱਲੀ ਨੂੰ ਖਾਣਾ ਹਰਾਮ ਹੈ ਯਾਨੀ ਬਿੱਲੀ ਹਲਾਲ ਨਹੀਂ ਹੈਗੀ ਹੁਣ ਅਗਲੀ ਗੱਲ ਦੇ ਬਾਰੇ ਆਉਂਦੇ ਹਾਂ ਕਿ ਰੱਬ ਨੇ ਬਿੱਲੀ ਨੂੰ ਪੈਦਾ ਕਿਉਂ ਕੀਤਾ ਰਿਲੀਜੀਅਸ ਪੁਆਇੰਟ ਆਫ ਵਿਊ ਦੇ ਨਾਲ ਮਜ਼ਹਬੀ ਹਵਾਲਿਆਂ ਦੇ ਨਾਲ ਇਹਦੇ ਬਾਰੇ ਆਖਿਆ ਜਾਂਦਾ ਹੈ ਭਈ ਹਜ਼ਰਤ ਨੂਹ ਅਲੈਹਿ ਸਲਾਮ ਦੀ ਕੌਮ ਜਿਹੜੀ ਸੀ ਉਹਦੇ ਉੱਤੇ ਪਾਣੀ ਦੀ ਸ਼ਕਲ ਦੇ ਵਿੱਚ ਸਲਾਬ ਦਾ ਅਜ਼ਾਬ ਆਇਆ ਤੇ ਰੱਬ ਨੇ ਹਜ਼ਰਤ ਨੂਹ ਅਲੈਹਿ ਸਲਾਮ ਨੂੰ ਕਸ਼ਤੀ ਬਣਾਉਣ ਦਾ ਹੁਕਮ ਦਿੱਤਾ ਤੇ ਆਖਿਆ ਭਈ ਤੁਸੀਂ ਇਹਦੇ ਉੱਤੇ ਸਵਾਰ ਹੋ ਜਾਓ ਫਿਰ ਹਜ਼ਰਤ ਨੂਹ ਨੇ ਕਿਸ਼ਤੀ ਨੂੰ ਬਣਾਇਆ ਤੇ ਉਹਦੇ ਉੱਤੇ ਚੜ ਗਏ ਤੇ ਆਪਣੇ ਨਾਲ ਹਰ ਜਾਨਦਾਰ ਜਿਹੜਾ ਹੈਗਾ ਸੀ ਉਸ ਵੇਲੇ ਹਰ ਪਰਿੰਦੇ ਦਾ ਇੱਕ ਇੱਕ ਜਿਹੜਾ ਸੀ ਉਹ ਜੋੜਾ ਕਸ਼ਤੀ ਦੇ ਵਿੱਚ ਰੱਖ ਲਿਆ ਯਾਨੀ ਤੁਸੀਂ ਆਖ ਸਕਦੇ ਹੋ ਕਿ ਉਸ ਕਸ਼ਤੀ ਦੇ ਵਿੱਚ ਹਜ਼ਰਤ ਨੂਹ ਤੇ ਇਸ ਤੋਂ ਇਲਾਵਾ ਹਰ ਕਿਸਮ ਦੇ ਜਾਨਦਾਰ ਦਾ ਇੱਕ ਜੋੜਾ ਮੌਜੂਦ ਸੀ ਯਾਨੀ ਉਹ ਕਸ਼ਤੀ ਬਹੁਤ ਵੱਡੀ ਸੀ ਹੁਣ ਹਜ਼ਰਤ ਨੂਹ ਨੇ ਕਸ਼ਤੀ ਨੂੰ ਬਣਾਇਆ ਉਹਦੇ ਵਿੱਚ ਸਾਰੇ ਜਾਨਦਾਰਾਂ ਦਾ ਇੱਕ ਇੱਕ ਜੋੜਾ ਮਹਿਫੂਜ਼ ਕੀਤਾ ਯਾਨੀ ਉਹਨਾਂ ਆਪਣੇ ਰੱਬ ਦੇ ਹੁਕਮ ਦੀ ਤਮੀਲ ਕੀਤੀ ਹੁਣ ਜਦੋਂ ਸਲਾਬ ਆਇਆ ਕਸ਼ਤੀ ਪਾਣੀ ਦੇ ਵਿੱਚ ਸੀ ਤੇ ਇਸੇ ਦੌਰਾਨ ਕਸ਼ਤੀ ਦੇ ਵਿੱਚ ਚੂਹੇ ਪੈਦਾ ਹੋ ਗਏ ਇਹਨਾਂ ਚੂਹਿਆਂ ਨੇ ਕਸ਼ਤੀ ਦੇ ਵਿੱਚ ਸੁਰਾਖ ਕਰਨੇ ਸ਼ੁਰੂ ਕਰ ਦਿੱਤੇ ਤੇ ਜਦੋਂ ਇਸ ਗੱਲ ਦਾ ਡਰ ਪੈਦਾ ਹੋ ਗਿਆ ਭਈ ਚੂਹੇ ਜਿਹੜੇ ਨੇ ਉਹ ਕਸ਼ਤੀ ਦੇ ਵਿੱਚ ਸੁਰਾਖ ਕਰ ਦੇਣਗੇ ਯਾਨੀ ਬਹੁਤ ਸਾਰੇ ਹਿੱਸਿਆਂ ਨੂੰ ਕੁਤਰ ਦੇਣਗੇ ਤੇ ਹਜ਼ਰਤ ਨੂਹ ਨੇ ਆਪਣੇ ਰੱਬ ਕੋਲੋਂ ਦੁਆ ਕੀਤੀ ਕਿ ਉਹਨੂੰ ਇਹਨਾਂ ਚੂਹਿਆਂ ਤੋਂ ਨਜਾਤ ਦਿਲਾਈ ਜਾਵੇ ਕਿਉਂ ਜੇ ਚੂਹੇ ਇਸੇ ਤਰ੍ਹਾਂ ਕਿਸ਼ਤੀ ਨੂੰ ਕੁਤਰਦੇ ਰਹਿੰਦੇ ਤੇ ਕਿਸ਼ਤੀ ਦੇ ਵਿੱਚ ਪਾਣੀ ਆ ਜਾਣਾ ਸੀ ਤੇ ਕਿਸ਼ਤੀ ਜਿਹੜੀ ਸੀ ਉਹ ਡੁੱਬਣ ਦਾ ਖਤਰਾ ਪੈਦਾ ਹੋ ਜਾਣਾ ਸੀ ਉਸ ਵੇਲੇ ਆਖਿਆ ਜਾਂਦਾ ਹੈ ਭਈ ਰੱਬ ਨੇ ਹਜ਼ਰਤ ਜਿਬਰਾਈਲ ਅਲੈਹਿ ਸਲਾਮ ਨੂੰ ਪੈਗਾਮ ਦੇ ਕੇ ਭੇਜਿਆ ਕਿ ਇਹ ਨੂੰ ਕਿਸ਼ਤੀ ਦੇ ਵਿੱਚ ਜਿਹੜਾ ਸ਼ੇਰ ਮੌਜੂਦ ਹੈ ਉਹਦੇ ਲੱਕ ਦੇ ਉੱਤੇ ਹੱਥ ਫੇਰ ਜਦੋਂ ਹਜ਼ਰਤ ਨੂਹ ਨੇ ਸ਼ੇਰ ਦੇ ਲੱਕ ਦੇ ਉੱਤੇ ਹੱਥ ਫੇਰਿਆ ਤੇ ਸ਼ੇਰ ਨੂੰ ਇੱਕ ਬਹੁਤ ਜ਼ੋਰਦਾਰ ਛਿੱਕ ਆਈ ਤੇ ਉਹਦੀਆਂ ਦੋਵਾਂ ਨਸਾਂ ਦੇ ਵਿੱਚੋਂ ਬਿੱਲੀਆਂ ਦਾ ਇੱਕ ਜੋੜਾ ਯਾਨੀ ਨਰ ਤੇ ਮਾਦਾ ਕਿਸ਼ਤੀ ਦੇ ਵਿੱਚ ਡਿੱਗ ਪਿਆ ਜਿਨ੍ਹਾਂ ਨੇ ਕਿਸ਼ਤੀ ਦੇ ਵਿੱਚ ਜਿੰਨੇ ਵੀ ਚੂਹੇ ਸੀ ਉਹ ਸਾਰਿਆਂ ਨੂੰ ਖਾ ਲਿਆ ਇਸ ਤਰੀਕੇ ਦੇ ਨਾਲ ਹਜ਼ਰਤ ਨੂਹ ਦੀ ਕਿਸ਼ਤੀ ਜਿਹੜੀ ਸੀ ਉਹਨੂੰ ਇਹਨਾਂ ਬਿੱਲੀਆਂ ਨੇ ਚੂਹਿਆਂ ਤੋਂ ਪਾਕ ਕਰ ਦਿੱਤਾ ਇਹ ਤੇ ਸੀ ਉਹ ਮਜ਼ਹਬੀ ਰੀਤਾਂ ਤੇ ਰਵਾਇਤਾਂ ਜਿਹੜੀਆਂ ਕਿ ਮਜ਼ਹਬੀ ਹਵਾਲੇ ਦੇ ਨਾਲ ਬਿੱਲੀ ਦੀ ਤਖਲੀਕ ਬਿੱਲੀ ਦੀ ਪੈਦਾਇਸ਼ ਦੇ ਬਾਰੇ ਮਸ਼ਹੂਰ ਨੇ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ